बच्चे सब ने पढ़ाने जिहड़े सिक्की सिद्धांतां दे चलदे आ। जदों साडी साडे गुरुआं बारे ते बाबा बंदा सिंह बहादुर बारे साडे बच्चे पढ़नगे, इहदा मतलब जिहड़ी साडी होंद खतरे च, साडी पंजाबी खतरे च, हक हकूक साडे खतरे च, साडे बच्चों का आने वाला भविष्य खत्म आ। पर एक मेरा बड़ा सवाल आ भी जिहड़े सियासी लोग ने कित्थे खड़े ने, इन्हां नूं जरूर सवाल करियो भी तुसीं की आह इन्हां खातर अकाली दल खातर वोटां मंगणे नूं रखे होए आ। ਤੁਸੀਂ ਜਾ ਕੇ ਹਰਿਮੰਦਰ ਸਾਹਿਬ ਸਾਡੀ ਸੁਪਰੀਮੋ ਆ, ਬੜੀ ਸਤਿਕਾਰਯੋਗ ਆ ਅਕਾਲ ਤਖਤ ਸਾਹਿਬ, ਬਸ ਤੁਸੀਂ ਕੜਾਹ ਖਾਣੇ ਨੂੰ ਰੱਖੇ ਹੋਏ ਆ। ਜਿਹੜੇ ਐਸ ਜੀ ਪੀ ਸੀ ਮੈਂਬਰ ਆ ਇਹ ਪਿੰਡਾਂ ਦੇ ਰਹਿਣ ਵਾਲੇ ਆ, ਕਿਆ ਇਹ ਲੋਕ ਇਹਨਾਂ 'ਤੇ ਗੌਰ ਹੀ ਨਹੀਂ ਕਰਦੇ? ਯਾਰ ਇੱਕ ਸਿੱਖਾਂ ਦੀ ਜਮਾਤ ਆ, ਉਹਨੂੰ ਇਹ ਚੀਜ਼ਾਂ ਤਾਂ ਗੌਰ ਕਰਨੀ ਚਾਹੀਦੀ ਆ। ਪਰ ਇਹਦੇ ਨਾ ਪਿੱਛੇ ਇਹਨਾਂ ਦੇ ਵੀ ਪਿੱਛੇ ਕਿਸੇ ਦਾ ਹੱਥ ਆ, ਇਹਨੂੰ ਚਲਾ ਕੌਣ ਰਿਹਾ? ਅੱਜ ਇੱਕ ਬਿਆਨ ਆਇਆ ਹੈਗਾ ਪ੍ਰਗਟ ਸਿੰਘ ਦਾ, ਜਿਹੜਾ ਕੈਬਨਿਟ ਮੰਤਰੀ ਸੀ, ਵੀ ਜਿਹੜਾ 'ਤੇ ਕਾਰਵਾਈ ਹੋਊਗੀ ਜਿਹੜਾ ਦੋਸ਼ੀ ਪਾਇਆ ਗਿਆ। ਕਿਆ ਇਹ ਲੋਕ ਸਿੱਖਿਆ ਮੰਤਰੀ ਆ? ਕਿਆ ਲੋਕਾਂ ਨੇ ਕਿਤਾਬ ਹੀ ਨਹੀਂ ਪੜ੍ਹੀ? ਕਿਉਂਕਿ ਇਹਦੇ ਪਿੱਛੇ ਕੋਈ ਨਾ ਕੋਈ ਹੈ, ਕਿਉਂਕਿ ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ ਹੈਗੀ। ਜੇ ਸੋਚੀਏ ਨਾ ਵੀ ਛੋਟੀ ਗੱਲ ਆ, ਕਿਤਾਬ 'ਚੋਂ ਇਤਿਹਾਸ ਹਟਾ ਦੇਣਗੇ ਅਤੇ ਪੰਜਾਬ ਦੇ ਵਿੱਚ ਜਿਹੜਾ ਇਤਿਹਾਸ ਪਾਇਆ ਗਿਆ ਕਿਹਨੇ ਪਾਇਆ ਗਿਆ, ਇਹ ਇੱਕ ਲੰਬੀ ਹੈ ਅਤੇ ਬੈਕ 'ਤੇ ਪਿੱਛੇ ਨਾ ਕਿੱਥੇ ਕੋਈ ਚੱਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਰਹਿਮਤ ਟੀ ਵੀ ਦੇ ਨਾਲ, ਮੈਂ ਤੁਹਾਡਾ ਆਪਣਾ ਪਰਵਿੰਦਰ ਔਜਲਾ, ਮੋਹਾਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਜੋ ਮੋਰਚਾ ਲੱਗਿਆ ਉੱਥੇ ਮੌਜੂਦ ਹਾਂ ਜੀ। ਸਾਡੇ ਨਾਲ ਗੁਰਿੰਦਰ ਸਿੰਘ ਭੰਗੂ, ਬੀ ਕੇ ਯੂ ਖੋਸਾ ਦੇ ਜਨਰਲ ਸਕੱਤਰ ਨੇ, ਉਹ ਪਹੁੰਚੇ ਨੇ। ਪਿਛਲੇ ਕਾਫੀ ਦਿਨਾਂ ਤੋਂ ਇਹ ਵੀ ਇਸ ਮੋਰਚਾ ਜਿਹੜਾ ਲੱਗਿਆ ਇਹਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ। ਕੀ ਕਹਿਣਾ ਚਾਹੁੰਦੇ ਜੀ ਕਿ 22 ਦਿਨ ਹੋ ਗਏ ਮੋਰਚਾ ਲੱਗੇ ਨੂੰ, ਕੋਈ ਸੁਣਵਾਈ ਹੋਈ ਜਾਂ ਕੀ ਹੋਇਆ? ਦੇਖੋ, 7 ਫਰਵਰੀ ਨੂੰ ਮੋਰਚਾ ਲਾਇਆ ਸੀਗਾ ਇੱਥੇ, ਅਤੇ ਉੱਦਣ ਜਿੱਦਣ ਮੋਰਚਾ ਲਾਇਆ ਸੀ ਉੱਦਣ ਵੀ ਜਿਹੜਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸੀਗੇ ਅਤੇ ਉਹਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਲਾਇਆ ਸੀ। ਪਹਿਲਾਂ ਉਹਨਾਂ ਨੇ ਦਿੱਤਾ ਸਾਨੂੰ 7 ਤਰੀਕ ਨੂੰ ਲਾਇਆ ਮੋਰਚਾ, 15 ਤਰੀਕ ਦਾ ਟਾਈਮ, 15 ਤੋਂ ਬਾਅਦ ਵੀ 20 ਤਰੀਕ ਦੀਆਂ ਵੋਟਾਂ ਆ ਗਈਆਂ। ਜੇ ਮਤਲਬ ਜੋ ਵੀ ਸਿਆਸੀ ਲੋਕ ਇਹਨਾਂ ਤੋਂ ਕਰਾਉਂਦੇ ਆ ਉਹ ਕਰਦੇ ਕਰਾਉਂਦੇ, ਫਿਰ ਅਸੀਂ 1-2 ਵਿੱਚ ਨੂੰ ਰੋਡ ਮਾਰਚ ਵੀ ਕੱਢਿਆ, ਰੋਸ ਮਾਰਚ ਰੋਡ 'ਤੇ। ਸੋ ਅੱਜ ਵੱਡਾ ਇਕੱਠ ਕੀਤਾ ਸੀ, ਇਹਨਾਂ ਨੇ 25 ਤਰੀਕ ਦਿੱਤੀ ਸੀ, ਉਹ 25 ਤਰੀਕ ਵੀ ਲੰਘ ਚੁੱਕੀ, ਅੱਜ 28 ਫਰਵਰੀ ਹੋ ਚੁੱਕੀ ਆ। ਉਹਦੇ ਸੰਬੰਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਦਰਦੀ ਲੋਕ ਨੇ ਉਹਨਾਂ ਨੂੰ ਵੀ ਪਤਾ। ਜੇ ਮੈਂ ਪਿੱਛੇ ਜਾਵਾਂ ਥੋੜ੍ਹਾ ਜਿਹਾ, ਜਿਵੇਂ ਸਾਡੀ ਦਿੱਲੀ ਹਰ ਇੱਕ ਚੁੱਲ੍ਹੇ ਦੀ ਲੜਾਈ ਸੀ, ਤਾਂ ਮੈਂ ਇਹਨੂੰ ਵੀ ਉਸ ਦੇ ਨਾਲ ਹੀ ਜੋੜਦਾ, ਕਿਉਂਕਿ ਹਰ ਇੱਕ ਪਰਿਵਾਰ ਦੀ ਲੜਾਈ ਆ। ਕਿਉਂਕਿ ਬੱਚੇ ਜਿਹੜੇ ਗੁਰੂ ਨਾਨਕ ਮਹਾਰਾਜ ਦਾ ਫਲਸਫੇ 'ਤੇ ਜਾਈਏ ਤਾਂ ਬੱਚੇ ਸਭ ਨੇ ਪੜ੍ਹਾਉਣੇ ਆ ਜਿਹੜੇ ਸਿੱਖੀ ਸਿਧਾਂਤਾਂ 'ਤੇ ਚੱਲਦੇ ਆ। ਜਦੋਂ ਸਾਡੇ ਗੁਰੂਆਂ ਬਾਰੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਾਡੇ ਬੱਚੇ ਪੜ੍ਹਨਗੇ, ਇਹਦਾ ਮਤਲਬ ਜਿਹੜੀ ਸਾਡੀ ਹੋਂਦ ਖਤਰੇ 'ਚ, ਸਾਡੀ ਪੰਜਾਬੀ ਖਤਰੇ 'ਚ, ਹੱਕ ਹਕੂਕ ਸਾਡੇ ਖਤਰੇ 'ਚ ਆ, ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਖਤਮ ਆ। ਪਰ ਇੱਕ ਮੇਰਾ ਵੱਡਾ ਸਵਾਲ ਆ ਵੀ ਜਿਹੜੇ ਸਿਆਸੀ ਲੋਕ ਨੇ ਕਿੱਥੇ ਖੜ੍ਹੇ ਨੇ? ਅੱਜ ਆਪਾਂ ਐਜੂਕੇਸ਼ਨ ਬੋਰਡ ਦੇ ਸਾਹਮਣੇ ਖੜ੍ਹੇ ਹਾਂ, ਮੁੱਦਾ ਵੀ ਇਹੀ ਆ। ਜਦੋਂ ਅਕਾਲੀ ਸਰਕਾਰ ਸੀ ਉਦੋਂ ਵੀ ਮਲੂਕਾ ਸਾਹਿਬ, ਚੀਮਾ ਸਾਹਿਬ ਸਿੱਖਿਆ ਮੰਤਰੀ ਰਹੇ ਨੇ, ਹੁਣ ਇਹਦੇ ਦੇ ਵਿੱਚ ਵੀ ਮੇਰੇ ਖਿਆਲ 2 ਸਿੱਖਿਆ ਮੰਤਰੀ ਰਹਿ ਲਈਏ, ਅਤੇ ਹੁਣ ਅੱਜ ਇੱਕ ਬਿਆਨ ਆਇਆ ਹੈਗਾ ਪ੍ਰਗਟ ਸਿੰਘ ਦਾ, ਜਿਹੜਾ ਕੈਬਨਿਟ ਮੰਤਰੀ ਸੀ, ਵੀ ਜਿਹੜਾ 'ਤੇ ਕਾਰਵਾਈ ਹੋਊਗੀ ਜਿਹੜਾ ਦੋਸ਼ੀ ਪਾਇਆ ਗਿਆ। ਕਿਆ ਇਹ ਲੋਕ ਸਿੱਖਿਆ ਮੰਤਰੀ ਆ? ਕਿਆ ਲੋਕਾਂ ਨੇ ਕਿਤਾਬ ਹੀ ਨਹੀਂ ਪੜ੍ਹੀ? ਘੱਟ ਤੋਂ ਘੱਟ ਇੰਨੇ ਸਾਲ ਦੀ ਲੜਾਈ ਲੜਦੇ ਨੇ ਸਾਡੇ ਜਿਹੜੇ ਸਤਿਕਾਰਯੋਗ ਨੇ ਸਿਰਸਾ ਸਾਹਿਬ, ਉਹਨਾਂ ਨੇ ਸਾਡੇ ਨਾਲ ਡਿਸਕਸ ਕੀਤੀ ਸੀ, ਪਰ ਅਸੀਂ ਉਹਨਾਂ ਨੂੰ ਵਿਸ਼ਵਾਸ, ਮੇਰੇ ਪੰਜਾਬ ਦੇ ਪ੍ਰਧਾਨ ਸਾਹਿਬ ਨਾਲ, ਖੋਸਾ ਸਾਹਿਬ ਨਾਲ ਵੀ, ਅਤੇ ਅਸੀਂ ਜਦੇ ਕਿਹਾ ਸੀ, ਅਸੀਂ ਇੱਥੇ ਪ੍ਰੈਸ 'ਚ ਮੀਟਿੰਗ ਕਰਕੇ ਉਦੋਂ ਹੀ ਬਿਆਨ ਦਿੱਤਾ ਵੀ ਸਾਨੂੰ ਪੱਕਾ ਧਰਨਾ ਲਾਉਣਾ ਪਊ, ਕਿਉਂਕਿ ਇਹਦੇ ਪਿੱਛੇ ਕੋਈ ਨਾ ਕੋਈ ਹੈ, ਕਿਉਂਕਿ ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ ਹੈਗੀ। ਜੇ ਸੋਚੀਏ ਨਾ ਵੀ ਛੋਟੀ ਗੱਲ ਆ, ਕਿਤਾਬ 'ਚੋਂ ਇਤਿਹਾਸ ਹਟਾ ਦੇਣਗੇ ਅਤੇ ਪੰਜਾਬ ਦੇ ਵਿੱਚ ਜਿਹੜਾ ਇਤਿਹਾਸ ਪਾਇਆ ਗਿਆ ਕਿਹਨੇ ਪਾਇਆ ਗਿਆ, ਇਹ ਇੱਕ ਲੰਬੀ ਹੈ ਅਤੇ ਬੈਕ 'ਤੇ ਪਿੱਛੇ ਨਾ ਕਿੱਥੇ ਕੋਈ ਚੱਲ ਰਿਹਾ। ਮੈਂ ਚਾਹੁੰਦਾ ਦਰਸ਼ਕਾਂ ਨੂੰ ਥੋੜ੍ਹਾ ਮੁੱਢਲਾ ਜਿਹਾ ਦੱਸੋ ਵੀ ਇਤਿਹਾਸ ਵਿੱਚ ਕਿੰਨੀ ਗੜਬੜੀ, ਕੀ ਪੇਸ਼ ਕੀਤਾ ਗਿਆ? ਅੱਜ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਆ, ਮੈਂ ਉਹਨਾਂ ਬਾਰੇ ਦੱਸ ਦਿੰਦਾ ਤੁਹਾਨੂੰ, ਕਿਉਂਕਿ ਜਿਹੜੇ ਕਿਸਾਨ ਸੀਗੇ ਉਹ ਮਜਾਰੇ ਸੀਗੇ ਜ਼ਮੀਨਾਂ 'ਚ, ਜਿਹੜਾ ਜ਼ਮੀਨਾਂ ਦਾ ਮਾਲਕ ਬਣਾਇਆ, ਜਿਹੜੀਆਂ ਸਾਡੀ 9 ਜ਼ਮੀਨ ਹੋਈ ਫਰਦਾ ਨਿਕਲਦੀਆਂ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਹੱਕ ਲੈ ਕੇ ਦਿੱਤੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਤੁਸੀਂ ਹੋਰ ਜੀਵਨੀ ਪੜ੍ਹ ਲਓ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਜੋ ਸ਼ਬਦਾਵਲੀ
ਇਹਦੇ ਵਿੱਚ ਤੋੜ ਮਰੋੜ ਕੇ ਲਿਖੀ ਗਈ ਆ, ਮੈਂ ਦੱਸ ਨਹੀਂ ਸਕਦਾ ਵੀ ਉਹ ਗੁੰਡੇ ਸਨ, ਬਦਮਾਸ਼ ਸਨ, ਉਹ ਧੀਆਂ ਭੈਣਾਂ ਦੀ ਰਾਖੀ ਨਹੀਂ ਕਰਦੇ ਹਨ, ਉਲਟ ਲਿਖਿਆ ਹੋਇਆ ਸੀ। ਸੋ ਮੈਂ ਮੈਕ 'ਤੇ ਕਹਿਣਾ ਨਹੀਂ ਚਾਹੁੰਦਾ ਇਹ ਗੱਲ ਨੂੰ। ਤੋ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਹਿੰਦ ਦੀ ਚਾਦਰ ਕਿਹਾ ਜਾਂਦਾ, ਜਿਨ੍ਹਾਂ ਨੇ ਜਨੇਊ ਬਚਾਇਆ ਸੀ, ਅਤੇ ਉਹਨਾਂ ਬਾਰੇ ਕਿੰਨਾ ਕੁਛ ਲਿਖਿਆ ਜਾਂਦਾ ਤੁਸੀਂ ਸੋਚ ਨਹੀਂ ਸਕਦੇ। ਗੁਰੂ ਨਾਨਕ ਮਹਾਰਾਜ ਬਾਰੇ ਇੰਨਾ ਗਲਤ ਲਿਖਿਆ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ, ਕਿਉਂਕਿ ਮੈਂ ਆਪਣੇ ਮੂੰਹੋਂ ਕਹੂੰ, ਮੇਰੀ ਔਕਾਤ ਨਹੀਂ ਹੈ ਵੀ ਮੈਂ ਗੁਰੂਆਂ ਬਾਰੇ ਜਿਹੜਾ ਕਿਤਾਬ 'ਚ ਪੜ੍ਹਿਆ ਮੈਂ ਉਹ ਚੈਨਲ 'ਤੇ ਬੋਲਾਂ, ਪਰ ਲੋਕਾਂ ਨੂੰ ਇਹ ਪੜ੍ਹ ਕੇ ਦੇਖਣਾ ਚਾਹੀਦਾ। ਸਾਡੀ ਵੱਡੀ ਹੋਣ ਦੀ ਲੜਾਈ ਆ, ਇਹਦੇ ਵਿੱਚ ਬਹੁਤ ਵੱਡਾ ਸਵਾਲ ਸਾਡੇ ਸ਼੍ਰੋਮਣੀ ਕਮੇਟੀ 'ਤੇ ਵੀ ਖੜ੍ਹਾ ਹੁੰਦਾ, ਅਤੇ ਦੂਜਾ ਜਥੇਦਾਰ ਸਾਹਿਬ 'ਤੇ ਵੀ। ਦੇਖੋ ਜਿਹੜੀ ਸਾਡੀ ਸੁਪਰੀਮੋ ਆ, ਸਤਿਕਾਰਯੋਗ ਆ ਸ਼੍ਰੋਮਣੀ ਕਮੇਟੀ, ਪਰ ਮੱਧਭਾਗੀ ਗੱਲ ਆ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਚੁਣ ਕੇ ਉਹਦੇ ਵਿੱਚ ਭੇਜਿਆ ਜਿਹੜੇ ਐਸ ਜੀ ਪੀ ਸੀ ਮੈਂਬਰ ਆ, ਇਹ ਪਿੰਡਾਂ ਦੇ ਰਹਿਣ ਵਾਲੇ ਆ। ਕਿਆ ਇਹ ਲੋਕ ਇਹਨਾਂ 'ਤੇ ਗੌਰ ਹੀ ਨਹੀਂ ਕਰਦੇ? ਯਾਰ ਇੱਕ ਸਿੱਖਾਂ ਦੀ ਜਮਾਤ ਆ, ਉਹਨੂੰ ਇਹ ਚੀਜ਼ਾਂ ਤਾਂ ਗੌਰ ਕਰਨੀ ਚਾਹੀਦੀ ਆ, ਪਰ ਇਹਦੇ ਨਾ ਪਿੱਛੇ ਇਹਨਾਂ ਦੇ ਵੀ ਪਿੱਛੇ ਕਿਸੇ ਦਾ ਹੱਥ ਆ। ਇਹਨੂੰ ਚਲਾ ਕੌਣ ਰਿਹਾ? ਮੈਂ ਕਹਿਣਾ ਚਾਹੁੰਦਾ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਲੱਗਦਾ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ, ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਤਾਰਾਂ ਜੁੜਦੀਆਂ, ਆਰ ਐੱਸ ਐੱਸ ਨਾਲ ਜੁੜਦੀਆਂ, ਇਹ ਵੀ ਇੱਕ ਆਰ ਐੱਸ ਐੱਸ ਦੀ ਦੇਣ ਆ। ਸੋ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਆਰ ਐੱਸ ਐੱਸ ਦਾ ਏਜੰਡਾ, ਫਿਰ ਮਤਲਬ ਇਹ ਦੱਸੋ ਮੈਨੂੰ, ਸਾਡੇ ਸਿੱਖ ਜਥੇਬੰਦੀਆਂ ਜਾਂ ਸਾਡੇ ਆਮ ਪਬਲਿਕ ਲੋਕ ਨੇ ਜਿਹੜੇ ਬੱਚਿਆਂ ਨੇ ਇਤਿਹਾਸ ਪੜ੍ਹਿਆ, ਇੰਨੇ ਸਾਲਾਂ ਤੋਂ ਪੜ੍ਹਾਇਆ ਜਾ ਰਿਹਾ, ਉਹ ਇਹ ਚੀਜ਼ ਨੂੰ ਸਮਝ ਕਿਉਂ ਨਹੀਂ ਰਹੇ? ਲੋਕ ਉਸ ਤਰੀਕੇ ਨਾਲ, ਮੈਂ ਮੰਨਦਾ 22 ਦਿਨ ਹੋ ਗਿਆ ਮੋਰਚਾ ਲੱਗੇ ਨੂੰ, ਪਤਾ ਨਹੀਂ ਵੋਟਾਂ ਚੁੜਜੇ ਹੋਏ ਨੇ, ਉਸ ਤਰੀਕੇ ਨਾਲ ਨਹੀਂ ਆਏ। ਇਤਿਹਾਸ ਜਾਂ ਸਾਡਾ ਵਿਗਾੜ, ਸਾਡੀਆਂ ਆਉਣ ਵਾਲੀ ਨਸਲਾਂ ਖਰਾਬ ਕਰਤੀਆਂ, ਫਿਰ ਸਾਡਾ ਪੰਜਾਬ ਦਾ ਫਿਊਚਰ ਭਵਿੱਖ ਕੀ ਰਹੂਗਾ ਜੀ? ਅਸੀਂ ਨਾ ਜਦੋਂ ਜਿਹੜੀ ਕਾਲੇ ਕਾਨੂੰਨਾਂ ਦੀ ਲੜਾਈ ਸੀ ਉਹ ਲੜੀ, ਉਹ ਹਰ ਇੱਕ ਚੁੱਲ੍ਹੇ ਨੇ ਲੜੀ, ਮੈਂ ਨਹੀਂ ਕਹਿੰਦਾ ਜਥੇਬੰਦੀ ਨੇ ਲੜੀ, ਉਹ ਵੀ ਅਸੀਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਅਵੇਅਰ ਕੀਤਾ ਸੀਗਾ। 7 ਤਰੀਕ ਤੋਂ ਪਹਿਲਾਂ ਵੀ ਅਸੀਂ ਬਹੁਤ ਲੋਕਾਂ ਨੂੰ ਮੈਸੇਜ ਲਾਇਆ, ਅੱਜ ਲੋਕ ਪਿੰਡ ਦੇ ਵਿਹਲੇ ਆ। ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਾਂ ਭਾਈ ਸਾਹਿਬ ਖੜ੍ਹੇ ਨੇ ਜਾਂ ਹੋਰ ਬਹੁਤ, ਮਤਲਬ ਸਾਨੂੰ ਫੋਨ ਕਰਕੇ ਬੁਲਾਉਣਾ ਪੈਂਦਾ, ਆਪਦੀ ਜ਼ਿੰਮੇਵਾਰੀ ਨਿਭਾਉਣੀ ਆ ਅਤੇ ਜ਼ਿੰਮੇਵਾਰੀ ਨਾਲ ਇਕੱਠ ਕਰਨੇ ਪੈਂਦੇ ਨੇ। ਪਰ ਇਹ ਆਮ ਮਤਲਬ ਇਹ ਬਣਦਾ ਇੱਕ ਹਰ ਇੱਕ ਪਰਿਵਾਰ ਦੀ, ਉਹਨਾਂ ਦੇ ਬੱਚਿਆਂ ਦੀ ਲੜਾਈ ਆ, ਕਿਉਂਕਿ ਜੇ ਅਸੀਂ ਗੌਰ ਨਾ ਕਰੀ ਤਾਂ ਸਾਡੇ ਬੱਚਿਆਂ ਨੂੰ ਜ਼ਹਿਰ, ਤਾਂ ਬੱਚਿਆਂ ਦੀ ਹੋਂਦ, ਅਸੀਂ ਬੱਚਿਆਂ ਦਾ ਗਲਾ ਆਪਣੇ ਆਪ ਘੁੱਟ ਰਹੇ ਹਾਂ, ਪਰਿਵਾਰ ਵੀ ਘੁੱਟ ਰਿਹਾ। ਜੇ ਜਾਗਰੂਕ ਪਰਿਵਾਰ ਨਹੀਂ ਹੋਣਗੇ, ਘਰ ਬੈਠੇ ਤਾਂ ਕੋਈ ਮਸਲਾ ਨਹੀਂ ਹੱਲ ਹੋਣਾ। ਜਿਵੇਂ ਕਾਲੇ ਕਾਨੂੰਨ ਰੱਦ ਕਰਾਏ ਆ, ਇਹਦੇ ਵਿੱਚ ਵੀ ਇਹਨਾਂ ਨੂੰ ਸਜ਼ਾ ਦਵਾਵਾਂਗੇ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਯੋਗਦਾਨ ਰਿਹਾ। ਪਹਿਲੀ ਗੱਲ ਤਾਂ ਜਿਹੜੇ ਹੁਣ ਤੱਕ ਦੇ ਜਦੋਂ ਇਹ ਇਹਨੂੰ ਰਿਕਮੈਂਡ ਕੀਤਾ ਬੋਰਡ ਨੇ, ਉਦੋਂ ਦੇ ਜਿਹੜੇ ਸਿੱਖਿਆ ਮੰਤਰੀ ਆ, ਕੋਈ ਵੀ ਰਿਹਾ ਹੋਵੇ ਕਿਸੇ ਵੀ ਪਾਰਟੀ ਦਾ, ਚਾਹੇ ਕਾਂਗਰਸ ਜਾਂ ਅਕਾਲੀ ਦਲ, ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ, ਜੇਲ੍ਹਾਂ 'ਚੋਂ ਨਹੀਂ ਨਿਕਲਣੇ ਚਾਹੀਦੇ, ਤਾਂ ਜਾ ਕੇ ਕਿਤੇ ਸੁਧਾਰ ਹੋਊਗਾ। ਕਾਰਨ ਇਹ ਹੈ ਇਹਦੇ ਵਿੱਚ ਜਿਹੜੇ ਸ਼੍ਰੋਮਣੀ ਕਮੇਟੀ ਆ, ਇਹਨਾਂ ਨੂੰ ਵੀ ਵੱਡੇ ਸਵਾਲ ਹੋਣਗੇ। ਮੈਂ ਤਾਂ ਤੁਹਾਨੂੰ ਵੀ ਕਹਿੰਦਾ, ਤੁਹਾਨੂੰ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਮਿਲਦਾ, ਇਹਨਾਂ ਨੂੰ ਜ਼ਰੂਰ ਸਵਾਲ ਕਰਿਓ ਵੀ ਤੁਸੀਂ ਕੀ ਆਹ ਇਹਨਾਂ ਖਾਤਰ, ਅਕਾਲੀ ਦਲ ਖਾਤਰ ਵੋਟਾਂ ਮੰਗਣੇ ਨੂੰ ਰੱਖੇ ਹੋਏ ਆ? ਤੁਸੀਂ ਜਾ ਕੇ ਹਰਿਮੰਦਰ ਸਾਹਿਬ, ਸਾਡੀ ਸੁਪਰੀਮੋ ਆ ਬੜੀ ਸਤਿਕਾਰਯੋਗ ਅਕਾਲ ਤਖਤ ਸਾਹਿਬ, ਬਸ ਤੁਸੀਂ ਕੜਾਹਖਾਨੇ ਨੂੰ ਰੱਖੇ ਹੋਏ ਆ, ਤੁਸੀਂ ਸਿੱਖੀ ਬਾਰੇ ਕੁਛ ਕਰਨਾ ਨਹੀਂ? ਇੰਨਾ ਕੂੜ ਪ੍ਰਚਾਰ ਆ, ਪਤਾ ਸਭ ਕੁਛ ਆ, ਸਭ ਕੁਛ ਪਤਾ ਹੋਣ ਦੇ ਬਾਵਜੂਦ ਇਹ ਲੋਕ ਚੁੱਪ ਨੇ। ਖੁਸਾ ਸਾਹਿਬ, ਇੱਕ ਨਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਗੱਲ ਵੀ ਬਹੁਤ ਚੱਲ ਰਹੀ ਆ, ਹੈ ਨਾ, ਵੀ ਭਾਖੜਾ ਡੈਮ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਆ ਜਿਹੜੀ ਉਹ ਖਤਮ ਕਰ ਦਿੱਤੀ ਗਈ ਆ, ਉਹਦੇ ਬਾਰੇ ਕਿਸਾਨ ਜਥੇਬੰਦੀਆਂ ਜਾਂ ਆਮ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਸੁਨੇਹਾ ਇਹਦੇ ਵਿੱਚ ਇਹ ਆ, ਪਰਸੋਂ ਜੋ ਹੋਇਆ ਇਹਦੀ ਜਿਹੜੀ ਰੇਸ਼ੋ ਸੀ ਪੰਜਾਬ ਦੀ 60 ਸੀ 40 ਹਰਿਆਣੇ ਦੀ, ਉਹ ਖਤਮ ਕਰਤੀ। ਇਹਦੇ ਪਿੱਛੇ ਵੀ ਬਹੁਤ ਵੱਡਾ ਰਾਜ ਆ। ਜਦ ਤੋਂ ਅਸੀਂ ਕਾਲੇ ਕਾਨੂੰਨ ਰੱਦ ਕਰਾ ਚੁੱਕੇ ਹਾਂ, ਉਦੋਂ ਤੋਂ ਹੀ ਮੋਦੀ ਜਿਹੜੀ ਹਾਕਮ ਧਿਰਾ, ਕਿਉਂਕਿ ਉਹਦਾ ਬੋਲਬਾਲਾ, ਸਾਡੇ ਸਿਆਸੀ ਲੋਕ ਚੁੱਪ ਬੈਠੇ ਨੇ, ਕਿਉਂਕਿ ਪਰਸੋਂ ਦਾ ਇੱਕ ਨੋਰਮਲ ਇਹਨਾਂ ਲੋਕਾਂ ਨੇ ਜਿਹੜੇ ਸਿਆਸੀ ਲੋਕ, ਤਾਂ ਉਹਨਾਂ ਨੇ ਬਿਆਨ ਦਿੱਤੇ ਆ ਫੋਕੇ ਬਿਆਨ ਪੇਪਰਾਂ 'ਚ, ਜਿਹੜੇ ਫਾਰਮੈਲਿਟੀ ਬਿਆਨ ਹੁੰਦੇ ਆ। ਇਸ ਕਰਕੇ ਆਹੋ ਕਾਰਨ ਕੀ ਆ, ਉਹ ਬਹੁਤ ਵੱਡੀ ਸਾਡੇ ਹੱਕ 'ਤੇ, ਬਹੁਤ ਵੱਡੀ ਸਾਡੇ 'ਤੇ ਉਹ ਮਤਲਬ ਜਿਹੜੇ ਹੱਕ ਸੀ ਸਾਡੇ, ਔਰ ਉਹ 'ਤੇ ਸੱਟ ਵੱਜੀ ਆ, ਕਿਉਂਕਿ ਜਿਹੜੀ ਕਾਲੇ ਕਾਨੂੰਨ ਰੱਦ ਕਰਾਉਣੇ 'ਚ ਇੱਕ ਮੋਦੀ ਸਰਕਾਰ ਆਪਣੀ ਬੇਇੱਜ਼ਤੀ ਸਮਝਦੀ ਆ। ਇਸ ਕਰਕੇ ਸਾਡੇ ਜਿਹੜੇ ਇੱਕ ਨਾ ਇੱਕ ਕਰਕੇ, ਇਹ ਨਹੀਂ ਵੀ ਇੱਥੇ ਬਸ, ਬਹੁਤ ਕੁਛ ਹੋਣਾ, ਹਲੇ ਤਾਂ ਡੈਮ 'ਤੇ ਹੋਇਆ, ਆਉਣ ਵਾਲੇ ਟਾਈਮ 'ਚ ਹੋਰ ਵੱਡੇ ਡਾਕੇ ਪੈਣਗੇ, ਕਿਉਂਕਿ ਇਹਦੇ ਵਿੱਚ ਸਾਨੂੰ ਅਵੇਅਰ ਹੋਣਾ ਚਾਹੀਦਾ, ਜਾਗਣਾ ਚਾਹੀਦਾ, ਹਰ ਇੱਕ ਪਰਿਵਾਰ ਨੂੰ, ਬਿਲਕੁਲ ਯੂਥ ਨੂੰ ਵੀ ਅਵੇਅਰ ਹੋਣਾ ਚਾਹੀਦਾ। ਪਰ ਸਾਡਾ ਇਹ ਆ, ਅਸੀਂ ਐਸ ਕੇ ਐੱਮ 'ਚ ਸਾਡੀ ਗੱਲ ਚੱਲਦੀ ਆ,
जो जथेबंदियों का हुक्म है जल्दी ये बारे कोई स्टैप लवेंगे उही जी कॉल पंजाब नूं दित्ती जाऊगी, क्योंकि सौखा नहीं भी असी जिहड़े साडे हक्कां ते डाके वज्जदे आ इहनां नूं सौखा नहीं जाण देवांगे, क्योंकि अज तुसीं भी देख लो किन्ने लोक मामां भैणां नौजवान वीर आए हैं, क्योंकि असी अपने हक्कां दा इहनां सियासी लोकां ते भरोसा तां कर नहीं सकदे। अज सानूं जे लड़ाई आ इहनां ते भरोसा छड के सानूं अपनियां लड़ाइयां अपने हक्कां दी आप लड़नियां पैणगियां। अगली रणनीति मोहाली मोर्चे की होगी जे अज कुछ नहीं बनता दिख रहा तो उस तो बाद देखो इन्होंने 2 मार्च कहा 2 मार्च तक का करने तो बाद भी जी तफतीश चलती है तो वो बाद 5 मार्च तक यह रिपोर्ट देंगे। अगर यह कुछ नहीं करते 5 मार्च तक तो जी अज कॉल से यो भी वही कॉल देवे। देखो पता की आ असी बड़ा सोच समझ के चलते हैं, एक पॉजिटिव पॉइंट होंगे एक नैगेटिव। जदों असी मान लो अज असी कोई काम नहीं इन्हों रोकया हो क्योंकि बच्चों के पेपर भी होंगे ने, पर मैं कहना चाहना इन्हों आप भी समझ लेना चाहिए जिहड़ियां सियासी पार्टियां। देखो सरकार आउंदियां जांदियां रहने, अज कित्थे गए मंत्री कित्थे गया सीएम जिहड़ा कहिंदा मैं घर घर चली गल करदा मसले हल, डक्का मसला नहीं हल होया 111 दिन च। हुण कैप्टन ते भांडा पानता इह लोकां ने पंजाब नूं लुट्टिया ते कुट्टिया, इन्हां दे राज च आ धरना, इह देखो किहदी गलती नाल लग रहा, साडी किसानां दी गलती तां नहीं। असीं अज पहला साल दिल्ली बैठे, सानूं अज घरां च बहुत कम ने साडियां कबीलदारियां, पर अज रोड़ां ते बैठे हैं। क्यों बैठे हैं? अपनी होंद लई, बच्चों की होंद लई, अपने सिक्की सिद्धांतों नूं बचाउण लई, अपने गुरुआं दा हो रिहा निरादर बचाउण लई। पर इह लोक कित्थे ने? पर फिर भी मैं पंजाब वासियां नूं अपील करनी चाहुंदा, वह जूथ वाले वीरो नौजवान भैनों भरावो जिहड़े 2-3 घड़म चौधरी हुंदे आ इन्हां दे पिछे ना लगो। तुसी असी पहला भी बोलते रहे हैं फेसबुकां ते जां यूट्यूब ते, क्योंकि साडी इक पाबंदी सी, क्योंकि SKM प्रैशर ग्रुप आ, असी सियासत दे विच ना आए हाँ जिहदा दिल करिया जिथे मर्जी चंगा बंदा देख के वोट पा सकदा सी। साडियां बहुत ज़्यादा मजबूरियां, पर हुण सानूं अवेयर करना पऊगा, इन्हां दे पिछे ना लगो। यही सवाल आ, 7 तरीक नूं धरना लाया, 20 तरीक नूं वोटां होईयां, 7 तरीक तो लेके 20 तरीक तक 13 दिन का बकवास सी। किसी एक बंदे ने इन्हां लोकां नूं सिक्ख्या मंत्री नूं सवाल नहीं किया भी साडे लोकां ने जिहड़े साडे सज्जणां ने जिहड़ा उत्थे धरना लाया क्यों लाया, साडे इतिहास नाल छेड़छाड़ क्यों, साडे सिख धर्म दी अटैक क्यों, साडे ईस्टां दी अटैक क्यों, एक बड़ा सवाल आ। जे साडे जिहड़े राखे आ उही अखां मीची बैठे हाँ फिर पंजाब दा तां रब राखा। इस करके सानू असी आप जागरूक हर पिंड जाके लोगों को अवेयर करांगे, इनू बहुत बड़ा काफला बना देंगे, जल्दी तो जल्दी ना लोगों को सज़ा करावांगे, अपने इतिहास जिहड़ी छेड़छाड़ करी आ उनू शुद्ध करा के किताबां नवीं लवावांगे। एक लास्ट सवाल थोड़े तो लैना चाहवांगा मैं, तुसी आप ही कहा भी 32 जत्थेबंदियां असी मोर्चा जित लिया, बाकी नौजवानों ने पंजाब के सारे दर्दियों ने साथ दिता, पूरे इंडिया ने साथ दिता है ना, तो अज जे कुछ जत्थेबंदियां इलैक्शन खड़ गई जो ना खड़दियां लगता भी इतने अज तक मसला हल होना, मतलब इकट्ठ बहुत होना सी है ना, कुछ प्रभाव पे भी प्रैशर ग्रुप बनना चाहिए सी, तुसी की चाहते कहने हो? कहना पहला तो जो सवाल आ 32 जत्थेबंदियों का, ये मैं नहीं मानता, मैं जी जत्थेबंदी पहला काम करता सी 32 च सी, क्योंकि हर एक चुल्हे की लड़ाई है। मैं फिर दोबारा दोहराना चाहना है, हर एक चुल्हे की लड़ाई थी, हर एक परिवार ने आप लड़ाई लड़ी आ। जे मैं एक जथेबंदी की पंजाब की जिम्मेवारी निभा तो मैं आप दे बच्चों खातर दिल्ली लड़ाई लड़ी आ, आप दे चुल्हे खातर लड़ाई लड़ी आ, आप दे हक्कां खातर आप दी जमीन लई आप दी होंद लई लड़ाई लड़ी आ। जथेबंदियों का मैटर नहीं बनता, ये जथेबंदियां पहला भी बहुत सी, हर एक जिहड़े जथेबंदियां नहीं जुड़े सी उन्होंने भी जथेबंदियों तो बड़े बड़े काम किए आ, कदे वो टीवियां ते भी नहीं आए। कारण की था साडे जिहड़े लोग सियासत दे विच आए आ हुण तां वोटां पै लईआं, मैनूं उन्हां दा भी डर नहीं, ना मैं डर बोलण लग्गिआ किसे दी परवाह करदा। जे असीं सियासत दे विच ना जांदे तां जो अज कुछ मादी कर रहा, जो अज साडा डैम सातों खुसिया, ये खुसना नहीं चेते गल, जदों उन्हां नूं पता लग गया भी ये तां जिहड़ा दिल्ली जो सानू एजेंसियां कहिंदियां सी, जो सानू भाजपा सरकार कहिंदी सी भी ये तां इत्थों अपना सियासती सियासत लभ रहे हैं, अपना इन्हां ने सियासत दे विच जाणा, वो उन्होंने कर विखाया, पर उहदे विच उह लाभ नहीं पा पाउणगे। असी विरोध भी नहीं किया, ना उन्हां दा असी वोट पाउणे नूं कहा, ना पाउणे नूं कहा, क्योंकि उन्होंने साडे ते एलीगेशन जरूर लाए हैं, पर उन्हां दी लालसा ने किते ना किते जिहड़ा सियासत चाउणा चाहुंदे उहदे नाल इक सट बहुत वज्जी आ, क्योंकि जिहड़ी एकता सी
भाईचारक एकता च वाहवा काफ़ी फर्क पिया। वह कारण यह भी बनया भी हले जे काले कानून रद्द कराए वह भी साडा बहुत मंगा साड़िया पेंडिंग पईआं, क्योंकि एम एस पी की गल अज लखीमपुर की बहुत वड्डी गल आ। जिन्हां लोगों ने साडा हरियाणे ने साथ दिता 48,000 परचा उहदी गल कौन करूगा। असीं तां एम एल ए मगर पै गए, असीं मुख्यमंत्रियां मगर पै गए भी असीं मुख्यमंत्री बन जाणा, वह तां बनने तो बाद पता लगेगा। सो कहण दा भाव जथेबंदियां एस के एम जिंदाबाद आ, बिल्कुल डैम बारे भी गल की जाऊगी, मीटिंग होंदी रहिंदी आ। तो सो जिन्हें भी मुद्दे ने उन्हां बारे बिल्कुल तालमेल हैगा, यूपी नाल भी हैगा, रकेश टकैत साहब नाल, जिन्हें भी अहुदेदार हरियाणे वाले नाल, अज वीर हरियाणे तो भी बहुत आए हुए ने इत्थे। सो भाईचारक सांझ बहुत वड्डी बनी आ उत्थे, वह बनी रहेगी। तो उन्हूं बनाउण दे रखण दे विच जथेबंदी साडे वल्लों बीके जी खोसा वल्लों तां पूरा योगदान पाया जाऊगा। समा देने लई धन्नवाद जी। थैंक यू जी, थैंक यू, धन्यवाद। बी के जू खोसा वालों जनरल सकत्र साढ़े भरा ने जिमें कहा भी संघर्ष ने जोड़े वो जारी रहनगे, भी जोड़ा मोहाली मोर्चा लग्या भी तो जोड़ा डैम है भाखड़ा डैम बच्चों पंजाब की आप कह सकते हैं भागीदारी सी जी घट कर दी गई, खत्म कर दी गई, वो भी संघर्ष जारी रहने। सो अगली अपडेट लिए रहमत टीवी जुड़े रहो, मैं तो अपना परविंदर औजला, धन्यवाद।